ਭਗਤਾ ਭਾਈ ਕਾ 17 ਪੈਸ ਦੇ ਕੋਲੇ ਵੀਰ ਜੀ ਹੁਣੇ ਹੁਣੇ ਐਕਸੀਡੈਂਟ ਹੋਇਆ। ਇੱਕ ਜੋ ਉਹਦੇ ਵਿੱਚ ਸਕੂਲ ਦਾ ਬੱਚਾ, ਦਿੱਲੀ ਪਬਲਿਕ ਸਕੂਲ ਦੀਆਂ ਕਿਤਾਬਾਂ ਉਹਦੇ ਵਿੱਚ ਹੈ। ਤਾਂ ਦੱਸ ਦੇ ਕੇ ਵੱਡੀ ਖਬਰ ਆ ਰਹੀ ਹੈ ਜਿੱਥੇ ਦੋ ਭੈਣਾਂ ਦੇ ਭਰਾ ਦੀ ਸੜਕੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਪੇੜ ਦੇ ਵਿੱਚ ਫਸੀ ਹੋਈ ਹੈ। ਤਾਂ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਸ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਬੁਰੀ ਤਰੀਕੇ ਦੇ ਨਾਲ ਇਹ ਨੌਜਵਾਨ ਅੰਦਰ ਫਸਿਆ ਹੋਇਆ ਸੀ। ਤਾਂ ਮਿਲੀ ਜਾਣਕਾਰੀ ਅਨੁਸਾਰ ਕਾਰ ਤੇਜ਼ ਰਫਤਾਰ ਸੀ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ 18 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਹਲੇ ਸਕੂਲ ਦੇ ਵਿੱਚ ਪੜ੍ਹਦਾ ਸੀ। ਤਾਂ ਬਠਿੰਡਾ ਦੇ ਭਗਤਾ ਭਾਈਕਾ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸਦੀ ਇਹ ਮੌਤ ਹੋਈ ਹੈ, ਜਦਕਿ ਮਾਤਾ ਉਸਦੀ ਸਕੂਲ ਦੇ ਵਿੱਚ ਟੀਚਰ ਸੀ। ਤਾਂ ਮੌਕੇ ਦੀਆਂ ਤਸਵੀਰਾਂ ਨੇ, ਵੇਖੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਗੱਡੀ ਬਿਲਕੁਲ ਚਕਨਾ ਚੂਰ ਹੋ ਗਈ ਹੈ ਤੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ 18 ਸਾਲ ਦਾ ਇਹ ਨੌਜਵਾਨ ਸੀ ਜਿਹੜਾ ਕਾਰ ਤੇ ਜਾ ਰਿਹਾ ਸੀ, ਤੇਜ਼ ਰਫਤਾਰ ਕਾਰ ਸੀ, ਸੰਤੁਲਨ ਖੋ ਦਿੰਦੀ ਹੈ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ ਤੇ ਕਾਰ ਉੱਥੇ ਫਸ ਜਾਂਦੀ ਹੈ। ਤਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਤਾਂ ਨਜ਼ਦੀਕ ਲੋਕ ਵੇਖ ਰਹੇ ਸੀ ਤਾਂ ਇਕੱਠੇ ਹੋ ਜਾਂਦੇ ਆ, ਤਾਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚੋਂ ਇਸ ਨੌਜਵਾਨ ਨੂੰ ਕੜੀ ਮੁਸ਼ਕਤ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ। ਤਾਂ ਤੇਜ਼ ਰਫਤਾਰ ਇੱਕ ਵਾਰ ਫਿਰ ਤੋਂ ਮੌਤ ਦਾ ਕਾਰਨ ਬਣਿਆ। ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਸੜਕੀ ਹਾਦਸਾ ਸੀ। ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਦੋ ਭੈਣਾਂ ਦੇ ਭਰਾ ਦੀ ਸੜਕੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਪੇੜ ਦੇ ਵਿੱਚ ਫਸੀ ਹੋਈ ਹੈ। ਤਾਂ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਸ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਬੁਰੀ ਤਰੀਕੇ ਦੇ ਨਾਲ ਇਹ ਨੌਜਵਾਨ ਅੰਦਰ ਫਸਿਆ ਹੋਇਆ ਸੀ। ਤਾਂ ਮਿਲੀ ਜਾਣਕਾਰੀ ਅਨੁਸਾਰ ਕਾਰ ਤੇਜ਼ ਰਫਤਾਰ ਸੀ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ 18 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਹਲੇ ਸਕੂਲ ਦੇ ਵਿੱਚ ਪੜ੍ਹਦਾ ਸੀ। ਤਾਂ ਬਠਿੰਡਾ ਦੇ ਭਗਤਾ ਭਾਈਕਾ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸਦੀ ਇਹ ਮੌਤ ਹੋਈ ਹੈ, ਜਦਕਿ ਮਾਤਾ ਉਸਦੀ ਸਕੂਲ ਦੇ ਵਿੱਚ ਟੀਚਰ ਸੀ। ਤਾਂ ਮੌਕੇ ਦੀਆਂ ਤਸਵੀਰਾਂ ਨੇ, ਵੇਖੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਗੱਡੀ ਬਿਲਕੁਲ ਚਕਨਾ ਚੂਰ ਹੋ ਗਈ ਹੈ ਤੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ 18 ਸਾਲ ਦਾ ਇਹ ਨੌਜਵਾਨ ਸੀ ਜਿਹੜਾ ਕਾਰ ਤੇ ਜਾ ਰਿਹਾ ਸੀ, ਤੇਜ਼ ਰਫਤਾਰ ਕਾਰ ਸੀ, ਸੰਤੁਲਨ ਖੋ ਦਿੰਦੀ ਹੈ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ ਤੇ ਕਾਰ ਉੱਥੇ ਫਸ ਜਾਂਦੀ ਹੈ। ਤਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਤਾਂ ਨਜ਼ਦੀਕ ਲੋਕ ਵੇਖ ਰਹੇ ਸੀ ਤਾਂ ਇਕੱਠੇ ਹੋ ਜਾਂਦੇ ਆ, ਤਾਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚੋਂ ਇਸ ਨੌਜਵਾਨ ਨੂੰ ਕੜੀ ਮੁਸ਼ਕਤ ਦੇ ਨਾਲ ਬਾਹਰ ਕੱਢਿਆ ਜਾਂਦਾ ਹੈ। ਤਾਂ ਤੇਜ਼ ਰਫਤਾਰ ਇੱਕ ਵਾਰ ਫਿਰ ਤੋਂ ਮੌਤ ਦਾ ਕਾਰਨ ਬਣਿਆ। ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਸੜਕੀ ਹਾਦਸਾ ਸੀ। ਤਾਂ ਦੱਸ ਦੇ ਕਿ ਵੱਡੀ ਖਬਰ ਆ ਰਹੀ ਹੈ ਜਿੱਥੇ ਦੋ ਭੈਣਾਂ ਦੇ ਭਰਾ ਦੀ ਸੜਕੀ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ। ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਕਾਰ ਪੇੜ ਦੇ ਵਿੱਚ ਫਸੀ ਹੋਈ ਹੈ। ਤਾਂ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਉਸ ਨੌਜਵਾਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਬੁਰੀ ਤਰੀਕੇ ਦੇ ਨਾਲ ਇਹ ਨੌਜਵਾਨ ਅੰਦਰ ਫਸਿਆ ਹੋਇਆ ਸੀ। ਤਾਂ ਮਿਲੀ ਜਾਣਕਾਰੀ ਅਨੁਸਾਰ ਕਾਰ ਤੇਜ਼ ਰਫਤਾਰ ਸੀ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ, ਜਿਸ ਕਾਰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਤਾਂ 18 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਸੀ ਜਿਹੜਾ ਕਿ ਹਲੇ ਸਕੂਲ ਦੇ ਵਿੱਚ ਪੜ੍ਹਦਾ ਸੀ। ਤਾਂ ਬਠਿੰਡਾ ਦੇ ਭਗਤਾ ਭਾਈਕਾ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ ਜਿੱਥੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸਦੀ ਇਹ ਮੌਤ ਹੋਈ ਹੈ, ਜਦਕਿ ਮਾਤਾ ਉਸਦੀ
ਸਕੂਲ ਦੇ ਵਿੱਚ ਟੀਚਰ ਸੀ ਤਾਂ ਮੌਕੇ ਦੀਆਂ ਤਸਵੀਰਾਂ ਨੇ ਵੇਖੋ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ। ਗੱਡੀ ਬਿਲਕੁਲ ਚਕਨਾ ਚੂਰ ਹੋ ਗਈ ਹੈ ਤੇ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਤਾਂ 18 ਸਾਲ ਦਾ ਇਹ ਨੌਜਵਾਨ ਸੀ ਜਿਹੜਾ ਕਾਰ ਤੇ ਜਾ ਰਿਹਾ ਸੀ, ਤੇਜ਼ ਰਫ਼ਤਾਰ ਕਾਰ ਸੀ, ਸੰਤੁਲਨ ਖੋ ਦਿੰਦੀ ਹੈ ਤੇ ਸਿੱਧਾ ਦਰਖਤ ਦੇ ਵਿੱਚ ਜਾ ਵੱਜਦੀ ਹੈ ਤੇ ਕਾਰ ਉੱਥੇ ਫਸ ਜਾਂਦੀ ਹੈ। ਤਾਂ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਤਾਂ ਨਜ਼ਦੀਕ ਲੋਕ ਵੇਖ ਰਹੇ ਸੀ ਤਾਂ ਇਕੱਠੇ ਹੋ ਜਾਂਦੇ ਆ ਤਾਂ ਉਹਨਾਂ ਦੇ ਵੱਲੋਂ ਕਾਰ ਦੇ ਵਿੱਚੋਂ ਇਸ ਨੌਜਵਾਨ ਨੂੰ ਕੜੀ ਮੁਸ਼ਕਤ ਦੇ ਨਾਲ ਬਾਹਰ ਕੱਢਿਆ ਜਾਂਦਾ। ਤਾਂ ਤੇਜ਼ ਰਫ਼ਤਾਰ ਇੱਕ ਵਾਰ ਫਿਰ ਤੋਂ ਮੌਤ ਦਾ ਕਾਰਨ ਬਣਿਆ। ਵੇਖ ਸਕਦੇ ਹੋ ਕਿੰਨਾ ਭਿਆਨਕ ਇਹ ਸੜਕੀ ਹਾਦਸਾ ਸੀ।